ਅੱਛੀ ਗੱਲ ਜੀ ਸਾਰਿਆਂ ਨੂੰ ਸੁਣ ਲਓ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਸਭ ਤੋਂ ਪਹਿਲੀ ਜੇਕਰ ਨਿਊਜ਼ ਵਾਲ ਚਲੀ ਉਹ ਹੈ ਜੀ ਕਿ ਇੰਡੀਆ ਤੋਂ ਆਉਣ ਦੇ ਲਈ ਇੰਡੀਆ ਤੋਂ ਜੇਕਰ ਅਸੀਂ ਇਟਲੀ ਨੂੰ ਆਣਾ ਤਾਂ ਉਹਦੇ ਲਈ ਸਾਨੂੰ ਕੋਵਿਡ ਟੈਸਟ ਦੀ ਲੋੜ ਨਹੀਂ ਹੈਗੀ ਕਾਫੀ ਬੀਅ ਸਾਨੂੰ ਪੁੱਛ ਰਾਇਆ ਕਿ ਕਿੰਨਾ ਬੰਦਿਆਂ ਨੂੰ ਨਹੀਂ ਹੈਗੇ ਹਰ ਉਹ ਬੰਦਾ ਜਿਨ੍ਹਾਂ ਦੇ ਕੋਲ ਗ੍ਰੀਨ ਪਾਸ ਹੈ ਜਿਨ੍ਹਾਂ ਬੰਦਿਆਂ ਨੇ ਇੰਡੀਆ ਦੇ ਵਿੱਚ ਯੂਰਪ ਵਿੱਚ ਯੂਰਪ ਵੱਲੋਂ ਅਪਰੂਵਡ ਵੈਕਸੀਨ ਲਵਾਈਆਂ ਹੋਈਆਂ ਨੇ ਉਹਨਾਂ ਨੂੰ ਇਟਲੀ ਦੇ ਵਿੱਚ ਆਉਣ ਦੇ ਲਈ ਆਪਣਾ ਜਿਹੜਾ ਟੈਸਟ ਕਰਵਾਉਣ ਦੀ ਲੋੜ ਨਹੀਂ ਹੈਗੀ ਅਤੇ ਉਸ ਤੋਂ ਬਾਅਦ ਜਿਨ੍ਹਾਂ ਬੰਦੇ ਕੋ ਕੋਵੀ ਸ਼ੀਲਡ ਲਵਾਇਦਾ ਵੀ ਸਰਟੀਫਿਕੇਟ ਹੈ ਕਿ ਉਹਨਾਂ ਨੇ 2 ਜਾਂ ਫਿਰ 3 ਡੋਜ਼ਾਂ ਲਵਾ ਲਈਆਂ ਨੇ ਉਹਨਾਂ ਨੂੰ ਵੀ ਲਵਾਉਣ ਦੀ ਲੋੜ ਨਹੀਂ ਹੈਗੀ ਹੁਣ ਜਲਦੀਆਂ ਜੀ ਇਮੀਗ੍ਰੇਸ਼ਨ ਵਾਲ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਆਪਾਂ ਨੂੰ ਸਵਾਲ ਪੁੱਛੇ ਜਾਂਦੇ ਆ ਕਿ ਭਾਜੀ ਕੀ ਇਮੀਗ੍ਰੇਸ਼ਨ ਦਾ ਬਣੂਗਾ 2020 ਦੀ ਇਮੀਗ੍ਰੇਸ਼ਨ ਦੇ ਬਾਰੇ ਸਭ ਕੁਝ ਠੱਪ ਹੋ ਗਿਆ ਜੀ ਬਿਲਕੁਲ ਸਹੀ ਸੁਣਿਆ ਜੀ 2020 ਦੀ ਜਿਹੜੀ ਇਮੀਗ੍ਰੇਸ਼ਨ ਹੈ ਇਹਦੇ ਬਾਰੇ ਕੋਈ ਵੀ ਅਪਡੇਟ ਨਹੀਂ ਆਇਆ ਹਾਂਜੀ ਸਿਰਫ ਇਹੀ ਅਪਡੇਟ ਹੈ ਕਿ ਜਿਹੜੇ 800 ਬੰਦਾ ਸਿਕਾ ਉਸ 800 ਬੰਦੇ ਨੂੰ ਇਹਨਾਂ ਨੇ ਦੁਆਰਾ ਰੱਖ ਲਿਆ ਸੀਗਾ ਜਿਨ੍ਹਾਂ ਨੇ ਛੇਤੀ ਤੋਂ ਛੇਤੀ ਪੇਪਰ ਕੱਢਣੇ ਸੀਗੇ ਪਰ ਇਸ ਟਾਈਮ ਕਿੰਨੇ ਬੰਦਿਆਂ ਨੂੰ ਕੱਢ ਦਿੱਤਾ ਕਿੰਨੇ ਬੰਦਿਆਂ ਨੂੰ ਨਹੀਂ ਕੱਢਿਆ ਇਹ ਇਸ ਟਾਈਮ ਸਭ ਕੁਝ ਠੱਪ ਪਿਆ ਜੀ ਮਾਰਚ ਦੇ ਮਹੀਨੇ ਦੇ ਵਿੱਚ ਅਪਡੇਟ ਆਉਣਾ ਚਾਹੀਦਾ ਸੀ ਨਾਰਮਲੀ ਇਹ ਹਰ ਮਹੀਨੇ ਦੇ ਐਂਡ ਤੇ ਆਦਾ ਹੁੰਦਾ ਪਰ ਇਸ ਟਾਈਮ ਕੋਈ ਵੀ ਅਪਡੇਟ ਸਰਕਾਰ ਨਹੀਂ ਕਰ ਰਹੀ ਅਲਰੇਡੀ ਖੇਤੀਬਾੜੀ ਵਾਲੇ ਪੇਪਰ ਆ ਬਹੁਤ ਬੰਦਿਆਂ ਨੂੰ ਇੱਕ ਭੁਲੇਖਾ ਆ ਜੀ ਕਿ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਇਹ ਪੇਪਰ ਆ ਨਿਕਲ ਜਾਣੇ ਆ ਨਿਕਲਣੇ ਹੈਗੇ ਨੇ ਇੰਡੀਆ ਤੋਂ ਆਉਣ ਵਾਲੇ ਜਿਹੜੇ ਪੇਪਰ ਆ 15-20 ਜਾਂ ਮਹੀਨੇ ਦੇ ਵਿੱਚ ਮੁਸ਼ਕਲ ਆ ਜੀ ਜਿਹੜੇ ਯੂਰਪ ਦੇ ਨੇੜੇ ਤੇੜੇ ਦੇਸ਼ ਨੇ ਉਹਨਾਂ ਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਅੱਧੇ ਮਹੀਨੇ ਦੇ ਵਿੱਚ ਨਿਕਲ ਸਕਦੇ ਆ ਇਸ ਕਰਕੇ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਬਹੁਤ ਛੇਤੀ ਪੇਪਰ ਨਿਕਲ ਜਾਣੇ ਇੰਡੀਆ ਤੇ ਜਾਫਰ ਪਾਕਿਸਤਾਨੀ ਜਿਹੜੇ ਵੀਰਾਂ ਨੇ ਭਰੇ ਆ ਤੇ ਇਹ ਗਲਤ ਹੈ ਜੀ ਜੇ ਜੇਕਰ ਤੁਹਾਨੂੰ ਏਜੰਟ ਕਹਿ ਰਿਹਾ ਏਦਾਂ ਤੇ ਉਹ ਚਲੋ ਤੁਹਾਨੂੰ ਸਿਰਫ ਦਲਾਸਾ ਹੀ ਦੇ ਰਿਹਾ ਪਰ ਇੰਨੀ ਛੇਤੀ ਇਹ ਜਿਹੜੇ ਨਿਕਲਨੇ ਥੋੜੇ ਮੁਸ਼ਕਿਲ ਆ ਜੀ ਕਿ ਇੰਡੀਆ ਤੋਂ ਜਿਹੜੇ ਟੂਰਿਸਟ ਵੀਜ਼ੇ ਨੇ ਉਹ ਨਿਕਲਨੇ ਸ਼ੁਰੂ ਹੋ ਗਏ ਨੇ ਫੈਮਿਲੀ ਵੀਜ਼ੇ ਵੀ ਜਿਹੜੇ ਕਾਫੀ ਆ ਨਿਕਲਨੇ ਸ਼ੁਰੂ ਹੋ ਗਏ ਨੇ ਫਾਈਲਾਂ ਜਿਹੜੀਆਂ ਪੁਰਾਣੀਆਂ ਪੈਂਡਿੰਗਾਂ ਚੱਲ ਰਹੀਆਂ ਸੀ ਸਿਰਫ ਉਹਨਾਂ ਨੂੰ ਸ਼ੁਰੂਆਤ ਕੀਤਾ ਜਾ ਰਿਹਾ ਕਿਉਂਕਿ ਲਾਕਡਾਊਨ ਦੇ ਵੇਲੇ ਕਾਫੀ ਜੜੀਆਂ ਫਾਈਲਾਂ ਜੰਮੀਆਂ ਜਮਾ ਹੋ ਗਈਆਂ ਸੀ ਹੁਣ ਇਸ ਟਾਈਮ ਚੱਲਦੇ ਨੇ ਜੀ ਜਿਹੜਾ ਇਸ ਟਾਈਮ ਸਭ ਤੋਂ ਵੱਧ ਗਰਮ ਮੁੱਦਾ ਹੋਆ ਜੀ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ। ਯੂਕਰੇਨ ਅਤੇ ਰਸ਼ੀਆ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਇਹਦੇ ਵਿੱਚ ਪਰਮਾਣੂ ਹਥਿਆਰ ਦਾ ਬਹੁਤ ਜ਼ਿਆਦਾ ਖਤਰਾ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਜਿਹੜੇ ਲੋਕੀ ਆ ਜਿਹੜੇ ਪਰਮਾਣੂ ਹਥਿਆਰਾਂ ਦੇ ਵਰਤੋਂ ਵਿੱਚ ਬਣਾਏ ਜਾ ਰਹੇ ਆ ਬੰਕਰ ਹੁੰਦੇ ਆ ਉਹਨਾਂ ਦੀ ਕਰ ਰਹਾ ਮੰਗ ਕਰ ਇਟਲੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਅੰਡਰਗਰਾਉਂਡ ਬੰਕਰ ਬਣਾਉਣ ਦੀ ਗੱਲਬਾਤ ਕਰ ਰਹੇ ਨੇ ਖਰੀਦ ਰਹੇ ਨੇ ਇਹਨਾਂ ਦਿਨਾਂ ਚ ਉਹਨਾਂ ਦੀ ਡਿਮਾਂਡ ਪੂਰੀ ਚੱਲ ਰਹੀ ਹੈ ਜੀ ਇਟਲੀ ਦੇ ਵਿੱਚ ਰੇਟ ਆ ਜਿਹੜਾ 2 ਯੂਰੋ ਤੋਂ ਉੱਤੇ ਉੱਠ ਚੁੱਕਾ ਜੀ ਪੈਟਰੋਲ ਦਾ ਕਾਫੀ ਇਟਲੀ ਦੇ ਪਾਸਿਆਂ ਦੇ ਵਿੱਚ 2 ਯੂਰੋ ਤੋਂ ਉੱਤੇ ਪੈਟਰੋਲ ਹੋ ਚੁੱਕਾ ਜੀ ਡੀਜ਼ਲ ਵੀ ਤਕਰੀਬਨ ਨੇੜੇ-ਤੇੜੇ ਪਹੁੰਚ ਰਿਹਾ ਉਧਰ ਹੀ ਪੁਤਿਨ ਨੇ ਦੁਨੀਆ ਨੂੰ ਇਹ ਗੱਲ ਕਹੀ ਹੈ ਜੀ ਕਹਿੰਦਾ ਕਿ ਜਿਹੜੇ ਮੇਰੇ ਤੇ ਜਿਹੜੇ ਇਹ ਮੇਰੇ ਤੇ ਇੰਨੀਆਂ ਸਾਰੀਆਂ ਬੰਦੀਆਂ ਲਾਈਆਂ ਜਾ ਰਹੀਆਂ ਨੇ ਜਿੰਨਾ ਵੀ ਮੇਰੇ ਤੇ ਜੁਰਮਾਨਾ ਲਾਇਆ ਜਾ ਰਿਹਾ ਇਹਦਾ ਮਤਲਬ ਹੈ ਕਿ ਤੁਸੀਂ ਮੇਰੇ ਖਿਲਾਫ ਜਾਂਦਾ ਐਲਾਨ ਕਰ ਰਹੇ ਹੋ ਚਾਈਨਾ ਵਾਲੇ ਅਮਰੀਕਾ ਨੂੰ ਕਹਿ ਰਹੇ ਨੇ ਕਿ ਜਿਹੜੇ ਬੰਦੇ ਤੁਸੀਂ ਭੇਜ ਰਹੇ ਇਹਨਾਂ ਨੂੰ ਨਾ ਭੇਜੋ ਕਿਉਂਕਿ ਅੰਦਰ ਗੱਦੀ ਗੱਲਾਂ ਨਹੀਂ ਕਰ ਰਹੀਆਂ ਨੇ ਪੈਸੇ ਲੈ ਕੇ ਬੰਦਿਆਂ ਨੂੰ ਲੜਨ ਦੇ ਲਈ ਭੇਜਿਆ ਜਾ ਰਿਹਾ ਉਧਰ ਹੀ ਇੱਕ ਹੋਰ ਅਪਡੇਟ ਆਇਆ ਜੀ ਕਿ ਇਸ ਜੰਗ ਦੇ ਵਿੱਚ 7 ਮਹੀਨੇ ਲਈ 7000 ਡਾਲਰਾਂ ਦੇ ਲਈ ਬੰਦੇ ਜਿਹੜੇ ਆ ਜਿਨ੍ਹਾਂ ਨੂੰ ਅਸੀਂ ਉਗਰਵਾਦੀ ਕਹਿੰਦੇ ਹੱਤਵਾਦੀ ਕਹਿੰਦੇ ਆ ਉਹਨਾਂ ਨੂੰ ਲਗਾਇਆ ਜਾ ਰਿਹਾ ਜੀ 7 ਮਹੀਨਿਆਂ ਦੇ ਲਈ 7000 ਡਾਲਰਾਂ ਦੇ ਲਈ ਜ਼ੈਲੈਂਸੀ ਜੀ ਜਿਹੜੇ ਜੋ ਕਿ ਯੂਕਰੇਨ ਦੇ ਪ੍ਰਧਾਨ ਨੇ ਉਹ ਕਹਿ ਰਹੇ ਨੇ ਕਿ ਅਸੀਂ ਤਕਰੀਬਨ 10000 ਰਸ਼ੀਆ ਦੇ ਜਿਹੜੇ ਆ ਸੋਲਜਰ ਆ 10000 ਜਿਹੜੇ ਰਸ਼ੀਆ ਦੇ ਫੌਜੀ ਇਹਨਾਂ ਨੂੰ ਮਾਰ ਚੁੱਕੇ ਆ ਬਿਨਾ ਕਿਸੇ ਕਿੰਤੂ ਪਰੰਤੂ ਦੇ ਤੇ ਇਹ ਜਿਹੜਾ 10000 ਬੰਦਿਆਂ ਦੀ ਮੌਤ ਹੋਈ ਇਹ ਟਾਲੀ ਟਾਲੇ ਵੀ ਸਕਦੀ ਸੀ ਜੇਕਰ ਪਹਿਲਾਂ ਗੱਲਬਾਤ ਕੀਤੀ ਜਾਂਦੀ ਕਿ ਇਹ ਕਹਿ ਰਹੇ ਨੇ ਕਿ ਤੱਕੇ ਦੇ ਨਾਲ ਹੀ ਉਹਨਾਂ ਨੂੰ ਮਰਵਾਇਆ ਗਿਆ ਉਸ ਤੋਂ ਬਾਅਦ ਰਸ਼ੀਆ ਨੇ ਆਪਣਾ ਅੱਜ ਸਵੇਰੇ ਤਕਰੀਬਨ 8:00 9:00 ਵਜੇ ਕਿਹਾ ਹੈਗਾ ਕਿ ਅਸੀਂ ਜਿਹੜੀਆਂ ਗੋਲੀਆਂ ਨਹੀਂ ਚਲਾਨੀਆਂ ਬੰਦੇ ਜਿਹੜੇ ਸਿਵਿਲਿਅਨ ਆ ਇਹਨਾਂ ਨੂੰ ਕੱਢ ਲਿਆ ਜਾਵੇ ਸਿਰਫ 800 ਬੰਦਾ ਹੀ ਕੱਢਿਆ 15 ਤੋਂ 20000 ਬੰਦਾ ਉਸ ਪਿੰਡ ਦੇ ਵਿੱਚ ਸੀਗਾ ਤੇ ਬਾਅਦ ਵਿੱਚ ਫਿਰ ਗੋਲਾਬਾਰੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਗੋਲੀਆਂ ਚਲਣੀਆਂ ਫਿਰ ਸ਼ੁਰੂ ਹੋ ਗਈਆਂ ਇਸ ਤੋਂ ਬਾਅਦ ਪਤਾ ਲੱਗਾ ਕਿ ਜੀ ਇਹਨਾਂ ਨੇ ਆਪਣੀ ਆਪਣੀ ਜਿਹੜੀ ਇਹ ਗਾਲਾਂ ਤੇ ਕਰਾਰੇ ਆਪਣੀ ਗੱਲ ਤੇ ਪੱਕੇ ਨਹੀਂ ਰਹੇ ਉਸ ਤੋਂ ਬਾਅਦ ਰਸ਼ੀਆ ਦੇ ਵਿੱਚ ਆਇਆ ਇੱਕ ਰਾਜ ਰਸ਼ੀਆ ਤੋਂ ਆਇਆ ਇੱਕ ਰਾਜਦੂਤ ਅਸੀਂ ਕਹਿ ਸਕਦੇ ਹਾਂ ਜੋ ਸਮਝੌਤਾ ਕਰਾਣਾ ਸੀ ਉਸ ਦੀ ਉਸ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ 1.5 ਕਿਲੋਮੀਟਰ 1500 ਮੀਟਰ ਦੀ ਉਚਾਈ ਤੋਂ ਕਿਸੇ ਸナイਪਰ ਨੇ ਗੋਲੀ ਮਾਰੀ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਖੂਫੀਆ ਉਹ ਇੱਕ جاسੂਸ ਸੀਗਾ ਰਸ਼ੀਆ ਦਾ ਜਾਸੂਸ ਹੋਣ ਕਾਰਨ ਉਸ ਨੂੰ ਉੱਥੇ ਦੇ ਜਿਹੜੇ ਸਿਗਰਟ ਏਜੰਸੀ ਉਹਨਾਂ ਨੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਇਟਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਟਲੀ ਦੇ ਵਿੱਚ ਵੀ ਨਿਊਕਲੀਅਰ ਪੰਬ ਡਿੱਗਦਾ ਤਾਂ ਇਟਲੀ ਦੇ ਕੋਲ ਸੇਫਟੀ ਦਾ ਇੱਕ ਪਲਾਨ ਹੈਗਾ 1990 1995 ਦੇ ਵਿੱਚ ਇਹਨਾਂ ਨੇ ਇੱਕ ਇਹ ਪਲਾਨ ਬਣਾਇਆ ਸੀ 2010 ਦੇ ਵਿੱਚ ਇਸ ਨੂੰ ਫਿਰ ਦੁਬਾਰਾ ਅਪਡੇਟ ਕੀਤਾ ਹੈ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਆਸ ਕਰਦੇ ਹਾਂ ਕਿ ਇਸ ਪਲਾਨ ਦੀ ਵਰਤੋਂ ਕਰਦੀ ਸਾਨੂੰ ਕਦੇ ਵੀ ਲੋੜ ਨਾ ਪਵੇ ਉਨੀਚੈਫ ਦੇ ਜਿਹੜੇ ਆ ਉਨੀਚੈਫ ਵੱਲੋਂ ਇੱਕ ਅਪਡੇਟ ਆ ਰਿਹਾ ਜੀ ਕਿ ਜਿਹੜੀਆਂ ਯੂਕਰੇਨ ਦੇ ਵਿੱਚ ਔਰਤਾਂ ਕੱਲੀਆਂ ਜਾ ਰਹੀਆਂ ਨੇ ਲੜਾਈ ਤੋਂ ਭੱਜ ਰਹੀਆਂ ਨੇ ਉਹਨਾਂ ਦੇ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਬਦਸਲੂਕੀ ਕੀਤੀ ਜਾ ਰਹੀ ਹੈ ਰਸ਼ੀਆ ਦੇ ਸੋਲਜਰਾਂ ਵੱਲੋਂ ਰਸ਼ੀਆ ਦੇ ਜਿਹੜੇ ਫੌਜੀ ਨੇ ਉਹਨਾਂ ਦੇ ਵੱਲੋਂ ਹੀ ਇਹ ਸਭ ਕੀਤਾ ਜਾ ਰਿਹਾ ਹੈ ਇਟਲੀ ਦੇ ਵਿੱਚ ਤਕਰੀਬਨ 140 ਮਿਲੀਅਨ ਤੋਂ ਉੱਤੇ ਜਿਹੜੇ ਆ ਰਸ਼ੀਆ ਦੇ ਜਿਹੜੇ ਬੰਦੇ ਆ ਉਹਨਾਂ ਦੇ ਬਿੱਲੇ ਉਹਨਾਂ ਦੀ ਜਿਹੜੀਆਂ ਪ੍ਰਾਪਰਟੀ ਉਹਨੂੰ ਜ਼ਬਤ ਕਰ ਲਿਆ ਗਿਆ ਜੀ Apple Google Amazon ਇਹ ਜਿੰਨੀਆਂ ਵੀ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜੀ ਇਹ ਸਾਰੀਆਂ ਦੀਆਂ ਸਾਰੀਆਂ ਅਸੀਂ ਕਹਿ ਸਕਦੇ ਹਾਂ ਤਕਰੀਬਨ ਤਕਰੀਬਨ ਰਸ਼ੀਆ ਦੇ ਖਿਲਾਫ ਹੋ ਗਈਆਂ ਰਸ਼ੀਆ ਦੇ ਸ਼ੇਅਰ ਮਾਰਕੀਟ ਤਕਰੀਬਨ ਲੱਖਾਂ ਤੋਂ ਕੱਖਾਂ ਦੀ ਕਗਾਰ ਤੇ ਪਹੁੰਚ ਚੁੱਕੀ ਹੈ ਉਹ ਇੱਥੇ ਜਿਹੜੇ ਰਾਏ ਵਾਲਿਆਂ ਦੇ ਇਟਲੀ ਤੋਂ ਜਿਹੜੇ ਰਾਏ ਵਾਲੇ ਸੀਗੇ ਇਹਨਾਂ ਨੇ ਰਸ਼ੀਆ ਦੇ ਵਿੱਚ ਆਪਣੇ ਜਰਨਲਿਸਟ ਭੇਜੇ ਹੋਏ ਸਨ ਉਹਨਾਂ ਨੂੰ ਲਾਈਵ ਦੇ ਵਿੱਚ ਬੰਦੂਕਾਂ ਦੇ ਗਾਣਾ ਕੱਢੀਆਂ ਗਈਆਂ ਉਹਨਾਂ ਨੂੰ ਆਪਣਾ ਲਾਈਵ ਬੰਦ ਕਰਨਾ ਪੈ ਗਿਆ ਤੇ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਰਸ਼ੀਆ ਤੋਂ ਇਟਲੀ ਤੋਂ ਜਿਹੜੇ ਲਾਈਵ ਅਪਡੇਟ ਆ ਹੋਣਾ ਹਨ ਕਿਉਂਕਿ ਉੱਥੇ ਦਾਦਾ ਸਾਲ ਦੀ ਸਜ਼ਾ ਤੇ ਜੁਰਮਾਨੇ ਵੀ ਲਾਏ ਜਾ ਸਕਦੇ ਜੇਕਰ ਕੋਈ ਗਲਤ ਰਿਪੋਰਟਿੰਗ ਕਰਦਾ ਉਹਨਾਂ ਨੂੰ ਇਟਾਲੀ ਨਹੀਂ ਸਮਝਾਂਦੀ ਇਸ ਕਰਕੇ ਉਹਨਾਂ ਨੇ ਰਿਪੋਰਟ ਬੰਦ ਕਰਵਾ ਦਿੱਤੀ ਅਮਰੀਕਾ ਦੀ ਜਿਹੜੀ ਬਾਸਕਟ ਦੀ ਚੈਂਪੀਅਨ ਕੁੜੀ ਸੀਗੀ ਇਟਲੀ ਦੇ ਵਿੱਚ ਸੌਰੀ ਅਮਰੀਕਾ ਦੀ ਜਿਹੜੀ ਇੱਕ ਕੁੜੀ ਚੈਂਪੀਅਨ ਸੀਗੀ ਰਸ਼ੀਆ ਦੇ ਵਿੱਚ ਘੁੰਮ ਰੇ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹਦੇ ਕੋਲ ਇੱਕ ਇਲੈਕਟ੍ਰੋਨਿਕ ਸਿਗਰਟ ਸੀ ਤੇ ਉਹਦੇ ਕੋਲ ਭੰਗ ਵੀ ਬਰਾਮਦ ਹੋਈ ਆ ਉਸ ਨੂੰ 10 ਸਾਲ ਤੱਕ ਦੀ ਜੜੀ ਆ ਸਜ਼ਾ ਕੀਤੀ ਜਾ ਸਕਦੀ ਆ ਐਸ ਟਾਈਮ ਰਸ਼ੀਆ ਦੇ ਵਿੱਚ ਘੁੰਮਣਾ ਫਿਰਨਾ ਜੁਗਰਿੰ ਦੇ ਵਿੱਚ ਘੁੰਮਣਾ ਫਿਰਨਾ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਜੀ ਇਹ ਕੰਮ ਜਿਹੜਾ ਖਤਰੇ ਤੋਂ ਖਾਲੀ ਨਹੀਂ ਹੈਗਾ ਉਧਰ ਹੀ ਅੱਜ ਵਾ ਜਿਹੜਾ ਤੀਸਰਾ ਰਾਉਂਡ ਸ਼ੁਰੂ ਹੋ ਗਿਆ ਰਸ਼ੀਆ ਦਾਤੇ ਜਿਹੜੇ ਉਹਨਾਂ ਦੇ ਆਪਣੇ ਯੂਕਰੇਨ ਦੇ ਵਿੱਚ ਸਮਝੌਤਾ ਕਰਦਾ ਦੱਸਿਆ ਜਾ ਰਿਹਾ ਕਿ ਇਹ 2 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਣਾ ਜੀ 351 ਹੁਣ ਤੱਕ ਜੇ ਮਰਨ ਵਾਲਿਆਂ ਦੀ ਗੱਲਬਾਤ ਕੀਤੀ ਜਾਵੇ 351 ਸਿਵਿਲਿਅਨਾਂ ਜਿਹੜੇ ਉਹਨਾਂ ਦੀ ਮੌਤ ਹੋ ਗਈ ਹੈ ਤੇ 707 ਬੰਦੇ ਆ ਜਿਹੜੇ ਵੈਸੇ ਹੀ ਫੱਟੜ ਹੋ ਚੁੱਕੇ ਹੈ ਜੀ ਇਹਦੇ ਨਾਲ ਜੋ ਹੁਣ ਤੱਕ ਦੀਆਂ ਖਬਰਾਂ ਨੇ ਸਾਰੀਆਂ ਮੁੱਕਦੀਆਂ ਨੇ ਅਸੀਂ ਤੁਹਾਨੂੰ ਮਿਲਾਂਗੇ ਆਪਣੇ ਅਗਲੇ ਅਪਡੇਟ ਦੇ ਨਾਲ ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਹਟਾਲੀ ਦੀ ਘਾਬਰਤ ਉਹ ਹੀ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸ਼ੀਕਾਲ ਜੀ ਮੈਂ ਸੰਜੀਵ ਲੰਬਾ ਲੰਬਾ ਟ੍ਰੈਵਲ ਤੋਂ ਜੀ ਜਲੰਧਰ ਤੋਂ ਲੁਧਿਆਣਾ ਤੋਂ ਜੀ ਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਜੀ ਅਸੀਂ ਇੰਡੀਆ ਦੇ ਵਿੱਚ ਕੰਮ ਕਰਦੇ ਹਾਂ ਚਾਹੇ ਉਹ ਟਿਕਟਿੰਗ ਹੈ ਸਪਾਈਸ ਜੜਤੀਆਂ ਫਲਾਈਟਾਂ ਨੇ ਜੀ ਚਾਰਟਰ ਫਲਾਈਟ ਜਿਹੜੀਆਂ ਆਮਰੀਸ ਤੋਂ ਬੈਰਗਾਮੂ ਆਮਰੀਸ ਤੋਂ ਰੋਮ ਚੱਲਦੀਆਂ ਨੇ ਜੀ ਉਸ ਦੇ ਬਾਅਦ ਨਾਲ ਦੀ ਨਾਲ ਅਸੀਂ ਇਟਲੀ ਤੋਂ ਜਿਹੜੇ ਪੇਪਰ ਤੁਸੀਂ ਇੰਡੀਆ ਭੇਜਦੇ ਹੋ ਚਾਹੇ ਉਹ ਨੂਲਾ ਉਸ ਤਾਂ ਤੁਹਾਡੀ ਫੈਮਲੀ ਦੇ ਟੂਰਿਸਟ ਪੇਪਰ ਨੇ EU ਨੈਸ਼ਨਲ ਜਿਨ੍ਹਾਂ ਕੋਲ ਇਟਾਲੀਨ ਪਾਸਪੋਰਟ ਆ ਉਹਨਾਂ ਦੀ ਫੈਮਲੀ ਨੇ ਕਿਸੇ ਨੇ ਉੱਥੇ ਆਣਾ ਹੈ ਜਾਂ ਕਿਸੇ ਨੇ ਇਟਾਲੀਨ ਸਿਟੀਜ਼ਨ ਦੇ ਪੇਪਰ ਉਹਨਾਂ ਵਾਲੇ ਆ ਇੰਡੀਆ ਦੇ ਵਿੱਚੋਂ ਪਟਿਆਲਾ ਹਾਊਸ ਦੇ ਕਰਾਣੇ ਆ ਕਾਉਂਟਰ ਸਿਗਨੇਚਰ ਕਰਾਣੇ ਆ ਅੰਬੈਸੀ ਦੀ ਅਪਾਇੰਟਮੈਂਟ ਲੈਣੀ ਆ ਇਟਾਲੀਨ ਟ੍ਰਾਂਜ਼ੀਸ਼ਨ ਕਰਾਣੀ ਆ ਉਹ ਸਾਰੀਆਂ ਹੀ ਫੈਸਿਲਿਟੀਆਂ ਅਸੀਂ ਪ੍ਰੋਵਾਈਡ ਕਰਦੇ ਆਂ ਤੇ ਅਸੀਂ ਨਾਲ ਦੇ ਨਾਲ ਪੀਟਾ ਪੰਜਾਬੀ ਵਾਲੇ ਕੁਲਵੀਰ ਭਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਦਿੱਤਾ ਥੈਂਕ ਯੂ ਵੈਰੀ ਮਚ